ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਮੈਂ ਪਿੰਡ ਰਮਦਾਸ ਦਾ ਰਹਿਣ ਵਾਲਾ ਸਮਾਜ ਸੇਵਕ ਬੰਦਾ ਮੈਂ। ਹਾਂਜੀ, ਇਸ ਤਰ੍ਹਾਂ ਹੈ ਵੀ ਮੈਂ ਕਾਫ਼ੀ ਤਿੰਨ ਚਾਰ ਦਿਨ ਤੋਂ ਪਰੇਸ਼ਾਨ ਸੀ। ਮੈਨੂੰ ਖੰਘ, ਜ਼ੁਕਾਮ, ਛਿੱਕਾਂ ਵਗੈਰਾ ਆਉਂਦੀਆਂ ਸੀ। ਕੱਲ੍ਹ 23 ਤਰੀਕ ਸੀਗੇ, 23 ਤਰੀਕ ਨੂੰ ਮੈਂ 12 ਵਜੇ ਸਿਵਲ ਹੋਸਪਿਟਲ ਰਮਦਾਸ ਵਿੱਚ ਗਿਆ। ਉੱਥੇ ਕਹਿੰਦੇ ਵੀ ਨਹੀਂ, ਆਪਣਾ OTP ਬੰਦ ਕੀਤੀ ਹੋਈ ਆ, ਅਸੀਂ ਤੁਹਾਨੂੰ ਲੈਬ ਟੈਸਟ ਨਹੀਂ ਕਰ ਸਕਦੇ। ਮੈਂ ਚਲੋ ਠੀਕ ਆ ਜੀ। ਉਸ ਤੋਂ ਬਾਅਦ ਮੈਂ ਉੱਥੇ ਮੇਰਾ ਕੋਈ ਦੋਸਤ ਸੀ, ਉਹਨੂੰ ਮਿਲ ਮਿਲਾ ਕੇ ਅਤੇ ਮੈਂ ਕਿਹਾ ਪਰਚੀ ਦੇ ਦਿਉ। ਉਹਨੇ ਮੈਨੂੰ ਪਰਚੀ ਦੇ ਦਿੱਤੀ, ਕਿਉਂਕਿ ਉਹਨੂੰ ਪਤਾ ਸੀ ਸਮਾਜ ਸੇਵਕ ਬੰਦੇ ਆ, ਅਤੇ ਉਹਨੇ ਮੈਨੂੰ ਦੇ ਦਿੱਤੀ ਪਰਚੀ। ਜਦ ਕਿ ਉਹਨੇ ਆਪਣਾ ਨਾਂ ਨਹੀਂ ਮੈਂ ਉਹਦਾ ਲੈਣਾ ਚਾਹੁੰਦਾ, ਪਰ ਕਈ ਚੰਗੇ ਬੰਦੇ ਡਾਕਟਰ ਸਾਰੇ ਨਹੀਂ ਮਾੜੇ ਹੁੰਦੇ, ਕੋਈ ਅੱਛੇ ਵੀ ਹੈਗੇ। ਉਹਨੇ ਮੇਰੀ ਵੇਖ ਕੇ ਹਾਲਾਤ, ਮੈਂ ਡਾਕਟਰ ਨਵਜੋਤ ਸਿੰਘ ਰੰਧਾਵਾ ਜਿਹੜਾ OTP 'ਚ ਉਹਨੂੰ ਮਿਲਿਆ ਜਾ ਕੇ, OTP ਖੁੱਲੀ ਸੀ। ਉਹ ਕਹਿੰਦਾ ਨਹੀਂ ਜੀ, ਤੁਹਾਨੂੰ ਪਰਚੀ ਦੇ ਕੇ ਨਹੀਂ ਦਿੱਤੀ ਆ, ਅਸੀਂ ਤਾਂ OTP ਦਾ ਇਲਾਜ ਹੀ ਬੰਦ ਕੀਤਾ ਹੋਇਆ। ਮੈਂ ਜੀ ਕਮਾਲ ਹੋ ਗਈ ਜੀ, OTP ਬੰਦ ਕੀਤਾ ਹੋਇਆ ਅਤੇ ਤੁਸੀਂ OTP ਨੂੰ ਤਾਲਾ ਲਾਓ। ਕਹਿੰਦੇ ਨਹੀਂ, ਸਾਨੂੰ ਉੱਥੋਂ ਆਰਡਰ ਆ, ਮੈਂ ਤੁਹਾਡੇ ਕੋਈ ਲਿਖਤੀ ਆਰਡਰ ਹੈਗੇ ਵੀ ਕੋਈ ਮਰੀਜ਼ ਜਿਹੜਾ ਛੋਟਾ ਮਰੀਜ਼ ਨਹੀਂ ਆਉਂਦੇ, ਨਹੀਂ ਛੋਟਾ ਮਰੀਜ਼ ਸਾਨੂੰ ਆਉਂਦਾ ਤਾਂ ਨਹੀਂ ਵੇਖਣੀ ਆ, ਕੋਈ ਬੁਖਾਰ, ਖੰਘ, ਟਾਈਫਾਇਡ ਵਗੈਰਾ ਕਿਸੇ ਨੂੰ ਹੋਏ ਉਹ ਨਹੀਂ ਅਸੀਂ ਦੇਖਣੇ, ਅਸੀਂ ਸਿਰਫ ਵੇਖਣਾ ਕਰਾਈਨਾ ਵਾਇਰਸ ਵਾਸਤੇ ਮਰੀਜ਼ ਪੇਸ਼ੈਂਟ ਜਿਹੜਾ ਉਹੀ ਦੇਖਣਾ। ਮੈਂ ਉਹਦੇ ਵਾਸਤੇ ਤੁਹਾਡੇ ਕੋਲ ਲਿਖਤੀ ਕੋਈ ਪਰੂਫ ਹੈਗਾ? ਕਹਿੰਦੇ ਲਿਖਤੀ ਨਹੀਂ ਹੈਗਾ, ਵੈਸੇ ਸਾਡੇ ਕੋਲ ਡਾਕਟਰਾਂ ਦੀ ਘਾਟ ਹੈਗੀ ਹੈ ਅਤੇ ਅਸੀਂ ਹੋਰ ਨਹੀਂ ਵੇਖ ਸਕਦੇ। ਮੈਂ ਚਲੋ ਠੀਕ ਹੈ ਜੀ, ਜਿਸ ਤਰ੍ਹਾਂ ਮੰਨ ਲਓ ਕਰਾਈਨਾ ਵਾਲਾ ਕੋਈ ਬੰਦਾ ਆ ਜਾਂਦਾ, ਉਹਦੇ ਵਾਸਤੇ ਕੋਈ ਤੁਹਾਡੇ ਕੋਲ ਫੈਸਿਲਿਟੀ ਹੈਗੀ? ਮੰਨ ਲਓ ਮੈਂ ਹੀ ਕਰਾਈਨਾ ਦਾ ਪੇਸ਼ੈਂਟ ਹਾਂ, ਜਾਂ ਮੰਨ ਲਓ ਮੇਰੀ ਲੈਬ 'ਚ ਕੋਡ ਆ ਜਾਂਦੀ ਹੈ ਅਤੇ ਤੁਹਾਡੇ ਕੋਈ ਫੈਸਿਲਿਟੀ ਹੈਗੀ ਆ? ਕਹਿੰਦਾ ਨਹੀਂ, ਇਹ ਸਾਡੇ ਕੋਲ ਫੈਸਿਲਿਟੀ ਨਹੀਂ ਹੈਗੀ, ਅਸੀਂ ਕੀ ਕਰਦੇ ਹਾਂ ਉਹਨੂੰ ਐਂਬੂਲੈਂਸ 'ਚ ਬਿਠਾ ਕੇ ਅਤੇ ਉੱਥੇ ਛੱਡ ਆਉਂਦੇ ਹਾਂ ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ। ਇਹ 5000 ਦਾ ਟੈਸਟ ਹੁੰਦਾ, ਉਦੋਂ ਤੁਸੀਂ ਕਰਵਾ ਸਕਦੇ। ਮੈਂ ਕਿਹਾ ਵੀ ਜੀ, ਕਿਸੇ ਨੇ ਟੈਸਟ ਇੱਦਾਂ ਉੱਥੋਂ ਹੀ ਕਰਵਾਉਣਾ, ਤੁਸੀਂ ਵਿੱਚ ਵਿਚੋਲੇ ਜੇ, ਉਹ ਤਾਂ ਅਸੀਂ ਉੱਥੋਂ ਜਾ ਕੇ ਕਰਵਾ ਲਵਾਂਗੇ। ਜਿਹੜਾ ਬੰਦਾ 300 ਰੁਪਏ ਦਿਹਾੜੀ ਮਜ਼ਦੂਰ, ਜਰਾ ਜਿਹੜੀ ਦਿਹਾੜੀ ਉਹਦੀ ਦਿਹਾੜੀ ਬੰਦ ਹੋਈ ਆ, ਭੁੱਖਾ ਬੈਠਾ ਆ ਅਤੇ ਉਹਨੂੰ ਕੋਈ ਰਾਸ਼ਨ ਨਹੀਂ ਮਿਲ ਰਿਹਾ, ਉਹ ਪਹਿਲੀ ਗੱਲ ਵੀ 300 ਰੁਪਏ ਦੇ ਕਿੱਥੇ ਉੱਥੇ ਜਾ ਕੇ ਟੈਸਟ ਕਰਵਾਏਗਾ? ਜੇ ਮੰਨ ਲਓ ਕੋਈ ਪ੍ਰੋਬਲਮ ਆ ਜਾਂਦੀ ਆ, ਬੱਸਾਂ ਆਉਂ ਬੰਦ ਹੈ, ਜਿਹੜੇ ਚੰਗੇ ਬੰਦੇ ਜਿਹਨਾਂ ਦੀ ਤਨਖਾਹਾਂ ਪੈਂਦੀਆਂ ਜਾਂ ਕੋਈ ਅੱਛੇ ਜ਼ਿਮੀਂਦਾਰ ਹੈ ਉਹਨਾਂ ਦੀ ਸਰਦਾ ਹੈ, ਉਹ ਤਾਂ ਅੰਮ੍ਰਿਤਸਰ, ਬਟ ਉਹ ਵੀ ਅੰਮ੍ਰਿਤਸਰ ਨਹੀਂ ਜਾ ਸਕਦੇ ਜਿਹੜੇ ਇਹ ਹਾਲਾਤ ਬਣੇ ਆ। ਸਾਡਾ ਜਿਹੜਾ ਬਾਰਡਰ ਏਰੀਆ ਹੈ, 50 ਕਿਲੋਮੀਟਰ ਦੂਰ ਰਮਦਾਸ ਪਿੰਡ ਹੈ, ਇਹ ਸਿਟੀ ਤੋਂ ਦੂਰ ਹੈ ਅਤੇ ਇੱਥੇ ਮਤਲਬ ਲੈਬਾਂ ਬੰਦ ਹੈ, ਮੈਡੀਕਲ ਜਿਹੜੀ ਆ ਸਟੋਰ ਇਹਨਾਂ ਬੰਦ ਕਰਵਾਏ ਆ। ਮੰਨ ਲਓ ਬਾਰਡਰ ਇਸ ਹੋਸਪਿਟਲ ਨੂੰ ਕੋਈ 60-70 ਪਿੰਡ ਪੈਂਦੇ ਬਾਰਡਰ 'ਤੇ, ਇਹਦੇ ਅੰਡਰ ਵੀ ਡਿਸਪੈਂਸਰੀਆਂ ਪੈਂਦੀਆਂ ਕੋਈ ਕਾਫੀ। ਜੇ ਕੋਈ ਬੰਦਾ ਪੇਸ਼ੈਂਟ ਇੱਥੇ ਆਉਂਦੇ, ਕਾਫੀ ਪੇਸ਼ੈਂਟ ਤੁਰੇ ਫਿਰਦੇ ਆ, ਪਰ ਕੋਈ ਆਵਾਜ਼ ਉਠਾਉਣ ਨੂੰ ਤਿਆਰ ਨਹੀਂ, ਡਰਦੇ ਆ ਡਾਕਟਰਾਂ ਕੋਲ, ਪਤਾ ਨਹੀਂ ਇਹਨਾਂ ਕੀ ਕਰ ਦੇਣਾ, ਕਿਉਂਕਿ ਡਾਕਟਰਾਂ ਦੇ ਪੁਲਿਸ ਦਾ ਬਹੁਤ ਹੀ ਡਰ ਹੁੰਦਾ। ਮੈਂ ਬੜੀ ਵਾਰ ਰਿਕੁਐਸਟ ਕੀਤੀ, ਮੈਂ 2 ਘੰਟੇ ਤੋਂ ਘੁੰਮ ਰਿਹਾ ਲੇਕਿਨ ਮੇਰੇ ਕੋਲ ਗੱਲ ਸੁਣਨ ਲਈ ਤਿਆਰ ਨਹੀਂ। ਇਸ ਕਰਕੇ ਮੈਂ ਫਿਰ ਪ੍ਰੈਸ ਬੁਲਾਈ, ਪ੍ਰੈਸ ਵਾਲੇ ਨੂੰ ਕਹਿੰਦੇ ਵੀ ਸਾਨੂੰ ਆਰਡਰ ਨਹੀਂ ਆ ਕਰਾਈਨਾ ਦਾ, ਉਹ ਵੀ ਫਿਰ ਪ੍ਰੈਸ ਵਾਲੇ ਜਿਹੜੇ ਉਹ ਵੀ ਕੱਲ੍ਹ ਆਏ, ਉਹ ਚਲੇ ਗਏ, ਕਹਿੰਦੇ ਵੀ ਸਾਡੇ ਕੋਲ ਪਿੱਛੋਂ ਸਾਨੂੰ ਆਇਆ ਆਰਡਰ ਅਤੇ ਪੇਸ਼ੈਂਟ ਦੇਖਣਾ, ਕਹਿੰਦੇ ਠੀਕ ਹੈ ਜੀ। ਬਾਅਦ 'ਚ ਮੈਂ TV ਚੈਨਲ ਵਾਲਾ ਬੁਲਾਇਆ, TV ਚੈਨਲ ਵਾਲਾ ਇੱਕ ਅੱਛੇ ਬੰਦੇ ਹੁੰਦੇ ਆ ਚੈਨਲ ਵਾਲੇ, ਜਿਹੜੇ ਬਿਲਕੁਲ ਨਿਰਪੱਖ, ਇੱਕ ਨਿਆਂਪਾਲਕਾ ਅਤੇ ਇੱਕ ਚੈਨਲ ਹੀ ਬਚਿਆ, ਬਾਕੀ ਤਾਂ ਸਭ ਭ੍ਰਿਸ਼ਟ ਹੋ ਚੁੱਕਾ। ਪੱਤਰਕਾਰਾਂ ਜਿਹੜੇ ਪੱਤਰਕਾਰ ਆ ਅਤੇ ਜੱਜ ਜਿਹੜੇ ਇਹੀ ਬਚੇ ਨੇ, ਬਾਕੀ ਤਾਂ ਜੇ ਇਹ ਵੀ ਖਤਮ ਹੋ ਗਿਆ ਤਾਂ ਦੁਨੀਆ ਦਾ ਸੱਤਿਆਨਾਸ਼ ਹੋ ਜਾਏਗਾ। ਜਿਸ ਤਰ੍ਹਾਂ ਕਰਾਈਨਾ ਨੇ ਕੀ ਕਰਨਾ, ਵੈਸੇ ਸੱਤਿਆਨਾਸ਼ ਹੈ 50%। ਉਹ ਪੱਤਰਕਾਰ ਚੰਗਾ ਸੀ, ਉਹਨੇ ਮੇਰੀ ਸਾਰੀ TV ਚੈਨਲ ਰਿਪੋਰਟ ਕੀਤੀ ਹੈ ਅਤੇ ਉਹ
ਭਾਈ ਹੋਣੀ ਇਹ ਮੇਰੇ ਆਏ, ਇਹਨਾਂ ਨੇ ਸਾਰਾ ਮੇਰਾ ਕੀਤਾ ਪ੍ਰੋਗਰਾਮ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਮੈਨੂੰ ਕਹਿੰਦੇ ਵੀ ਤੁਸੀਂ ਛੱਡੋ ਜੀ ਤੁਹਾਨੂੰ ਦੁਬਾਰਾ ਟੈਸਟ ਕਰ ਦਿੰਦੇ ਹਾਂ, ਹੁਣ ਦਵਾਈ ਵੀ ਮੈਂ ਤੁਹਾਡੇ ਕੋਲ ਦਵਾਈ ਲੈਣੀ ਨਹੀਂ, ਤੁਸੀਂ ਹੁਣ ਉਸਦਾ ਉਲਟ ਪੁੱਟੀ ਮੈਨੂੰ ਦੇ ਦਿਓ। ਜਦ ਕਿ ਕੋਈ ਲੈਬ 'ਚ ਟੈਸਟ ਨਹੀਂ, ਕੋਈ ਹੈ ਨਹੀਂ ਆ, ਕੋਈ ਫੈਸਿਲਿਟੀ ਨਹੀਂ ਹੈਗੀ, ਕੋਈ ਉੱਥੇ ਸਟਾਫ ਨਹੀਂ ਹੈਗਾ, ਅਤੇ ਲੈਬ ਕਰਦੇ ਨਾ ਮੈਨੂੰ ਟੈਸਟ ਕਰ ਦੇ। ਕਹਿੰਦੇ ਤੁਹਾਨੂੰ ਤੁਸੀਂ ਅੰਮ੍ਰਿਤਸਰ ਚੱਲ ਜਾਓ, ਉੱਥੋਂ ਦਵਾਈ ਲੈ, ਮੈਂ ਉੱਥੇ ਮੈਨੂੰ ਰਸਤਾ ਆਉਂਦਾ, ਉੱਥੇ ਮੈਂ ਵੀ ਬੈਠ ਕੇ ਮੋਟਰਸਾਈਕਲ ਚੱਲ ਜਾਵਾਂਗਾ, ਮੈਂ ਉੱਥੇ ਜਾ ਕੇ ਦਵਾਈ ਲਿਆਵਾਂਗਾ, ਮੇਰੇ 50 ਡਾਕਟਰ ਉੱਥੋਂ ਆ ਗਏ ਅੰਮ੍ਰਿਤਸਰ। ਬਟ ਅੰਮ੍ਰਿਤਸਰ ਜਾਵਾਂ ਕਿਸ ਤਰ੍ਹਾਂ, ਕਰਫਿਊ ਲੱਗਾ ਹੋਇਆ ਚਾਰ ਵਜੇ। ਇਹ ਬਾਅਦ ਉਹਨਾਂ ਮੇਰੀ ਪ੍ਰੋਬਲਮ ਨਹੀਂ ਸੁਣੀ। ਉਸ ਤੋਂ ਬਾਅਦ ਫਿਰ ਮੇਰੇ ਚੈਨਲ 'ਤੇ ਵੀ ਮੈਂ ਸਾਰਾ ਜੋ ਵੀ ਮੈਂ ਮੈਨੂੰ ਪ੍ਰੋਬਲਮ ਹੈਗੀਆਂ ਸਾਰੀਆਂ ਦੱਸੀਆਂ ਨੇ, ਅਤੇ ਇਸ ਕਰਕੇ ਮੈਂ ਬਾਹਰੋਂ ਫਿਰ ਸ਼ਾਮ ਨੂੰ ਜਾ ਕੇ ਵੀ ਇੱਥੋਂ ਕੋਈ 25 ਕਿਲੋਮੀਟਰ ਜਾ ਕੇ ਕਿਸੇ ਛੋਸ਼ ਪਾ ਕੇ ਗਿਆ ਮੋਟਰਸਾਈਕਲ, ਗਲਤ ਰਸਤਿਆਂ ਦੇ ਰਹੀ ਮੈਂ ਗਿਆ, ਪਹੁੰਚਿਆ ਉੱਥੇ ਫਤਿਹਗੜ੍ਹ ਚੂੜੀਆਂ, ਲੈਬ ਤੋਂ ਟੈਸਟ ਕਰਵਾਇਆ, ਉਹ ਰਿਪੋਰਟ ਮੇਰੇ ਕੋਲ ਹੈਗੀ ਆ, ਠੀਕ ਹੈ ਰਿਪੋਰਟ ਮੇਰੀ, ਮੈਨੂੰ ਉਹਨਾਂ ਦਵਾਈ ਦਿੱਤੀ ਡਾਕਟਰ, ਹੁਣ ਮੈਂ ਖਾ ਰਿਹਾ, ਹੁਣ ਕੁਝ ਹੱਦ ਤੱਕ ਮੈਂ ਠੀਕ। ਮੈਂ ਆਪਣੇ ਆਪ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਹੋਇਆ, ਆਪਣੇ ਘਰ ਵਿੱਚ ਹੀ ਮੈਂ ਆਈਸੋਲੇਟ, ਮਤਲਬ ਇੱਕ ਇਹਨੂੰ ਕਮਰੇ ਨੂੰ ਹੋਸਪਿਟਲ ਦਾ ਰੂਪ ਦੇ ਦਿੱਤਾ, ਕੋਈ ਹੋਰ ਮੇਰੇ ਕੋਲ ਨਹੀਂ ਆਉਂਦਾ, ਮੈਂ ਆਪਣੀ ਜੋ ਫੈਸਿਲਿਟੀ ਲੈ ਰਿਹਾ, ਮੈਂ ਜਿਸ ਤਰ੍ਹਾਂ ਤੁਹਾਨੂੰ ਦੇਖੋ ਮਾਸਕ ਪਾਇਆ ਹੋਇਆ, ਦਵਾਈਆਂ ਮੇਰੇ ਕੋਲ ਹੈ, ਮੈਂ ਸਮੇਂ ਸਮੇਂ 'ਤੇ ਲੈ ਰਿਹਾ ਹਾਂ, ਜੇ ਕੋਈ ਆਉਂਦਾ ਬੰਦਾ ਮੇਰੇ ਨਾਲ ਤਾਂ ਉਹ ਫੋਨ ਫਾਨ 'ਤੇ ਗੱਲ ਕਰ ਲੈਂਦਾ, ਬਟ ਇਹੋ ਜਿਹੀ ਕੋਈ ਪ੍ਰੋਬਲਮ ਨੂੰ ਅਜੇ ਤਾਂ ਨਹੀਂ ਹੈਗੀ। ਪਰ ਬਟ ਮੈਨੂੰ ਟਾਈਫਾਈਡ ਇਨਫੈਕਸ਼ਨ ਰਹਿੰਦੀ ਸੀ, ਇਨਫੈਕਸ਼ਨ ਟਾਈਫਾਈਡ ਡੈਲਿਸ, ਆਪਣਾ TLC DLC ਵਗੈਰਾ, ਇਹ ਕੋਈ ਛੋਟਾ ਛੋਟਾ ਜਿਹਾ ਟੈਸਟ ਹੁੰਦਾ ਜਿਹੜਾ ਲੈਬ ਰਾਮਦਾਸ ਹਸਪਤਾਲ ਲੈਬ ਦੇ ਵਿੱਚ ਹੋ ਸਕਦਾ ਸੀ, ਜਦ ਇਹਨਾਂ ਕੋਲ ਫੈਸਿਲਿਟੀ ਨਹੀਂ ਹੈਗੀ। ਇਸ ਤਰ੍ਹਾਂ ਹੋਰ ਵੀ ਕਈ ਲੋਕ ਵਿਚਾਰੇ, ਮਤਲਬ ਕਈਆਂ ਦੀ ਮਤਲਬ ਪ੍ਰੋਬਲਮਾਂ ਹੈਗੀਆਂ, ਅਤੇ ਮੈਂ ਪ੍ਰਸ਼ਾਸਨ ਕੋ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋ ਇਹ ਮੰਗ ਕਰਦਾ ਹਾਂ, ਜਦ ਕਿ ਤੁਸੀਂ ਉੱਥੋਂ ਆਰਡਰ ਕੀਤੇ ਵੀ 24 ਘੰਟਿਆਂ ਦੀ ਮਤਲਬ ਇੰਨਾ ਡਾਕਟਰੀ ਟੀਮ ਹਾਜ਼ਰ ਆ, ਹਰ ਟਾਈਮ ਰੈਡੀ ਆ ਜੀ, ਘਰਾਂ 'ਚ ਬੰਦ ਰਹੋ ਜੀ, ਆਈਸੋਲੇਟ ਕਰੋ ਜੀ, ਜਦ ਕਿ ਮਤਲਬ ਆਈਸੋਲੇਟ ਕਰਨ ਦਾ ਫਾਇਦਾ ਵੀ ਨਾਲ ਫਸਟ ਏਡ ਵੀ ਚਾਹੀਦੀ, ਫਸਟ ਏਡ ਕਿਹਨੇ ਦੇਣੀ ਡਾਕਟਰਾਂ ਨੇ, ਬੰਦਾ ਘਰ ਵਿੱਚ ਬਹਿ ਗਿਆ, ਡਾਕਟਰ ਦਵਾਈ ਨਹੀਂ ਦੇਣਗੇ, ਹੋਸਪਿਟਲ ਤੁਸੀਂ ਬੰਦ ਕਰਦੇ ਆ, ਅਤੇ ਇਹਦਾ ਮਤਲਬ ਘਰ 'ਚ ਬੂਹਾ ਮਰ ਕੇ ਅੰਦਰ ਫਿਰ ਮਰ ਜਾਵੇ, ਜਾਂ ਫਿਰ ਸਲਵਾਰ ਦੀਆਂ ਗੋਲੀਆਂ ਦੇ ਦਿਓ ਲੋਕਾਂ ਨੂੰ, ਘਰਾਂ 'ਚ ਖਾਣ 'ਤੇ ਆਪਣਾ ਮਰ ਜਾਣ। ਮੈਂ ਇਹ ਕਹਿੰਦਾ ਕਰਾਈਨਾ ਤੋਂ ਤਾਂ ਬੰਦਾ ਬਚ ਸਕਦਾ ਹੈ ਵਾਇਰਸ ਤੋਂ, ਜਦ ਕਿ ਆਹ ਸਰਕਾਰ ਦੀਆਂ ਜਿਹੜੀਆਂ ਗਲਤ ਪੋਲਸੀਆਂ ਆ, ਜਿਹੜੀਆਂ ਇਹਨਾਂ ਅਪਣਾਈਆਂ ਹੋਈਆਂ ਡਾਕਟਰਾਂ ਨੇ, ਜਿਹੜੀਆਂ ਇਹ ਨੀਤੀਆਂ ਜਿਹੜੀ ਚਾਲਾਂ 'ਤੇ ਚੱਲੇ ਹੋਏ ਆ, ਇਹ ਤੋਂ ਨਹੀਂ ਬੰਦਾ ਬਚ ਸਕਦਾ, ਜੇ ਨਹੀਂ ਵੀ ਮਰਨਾ ਤਾਂ ਤਾਂ ਵੀ ਮਰੇਗਾ, ਉਹ ਭੁੱਖ ਵੀ ਥੋੜ੍ਹੀ ਦੇਰ ਬੰਦਾ ਕੱਢ ਸਕਦਾ, ਲੇਕਿਨ ਬਿਮਾਰੀ ਨਾਲ ਕਿੰਨਾ ਚਿਰ ਬੰਦਾ ਲੜ ਸਕਦਾ, ਜੇ ਮੈਂ ਸਮੇਂ 'ਤੇ ਨਹੀਂ ਆਪਣਾ ਟ੍ਰੀਟਮੈਂਟ ਕਰਾਉਂਦਾ ਤਾਂ ਮੇਰਾ ਇਨਫੈਕਸ਼ਨ ਵੱਧ ਸਕਦੀ, ਉਹ ਮੈਂ ਇਨਫੈਕਸ਼ਨ ਦਾ ਪੇਸ਼ੈਂਟ ਹੈਗਾ। ਮੈਂ ਉਹਨੂੰ ਕਿਹਾ ਵੀ ਤੁਸੀਂ ਲੋਕਾਂ ਨੂੰ ਘਰਾਂ 'ਚ ਜਾ ਕੇ ਚੁੱਕ ਕੇ ਲੈ ਆ ਰਹੇ ਜੀ, ਵੀ ਫਲਾਣਾ ਬੰਦਾ ਉੱਥੋਂ ਬਾਹਰੋਂ ਆਇਆ ਜੀ, ਇਹਨਾਂ ਨੂੰ ਸ਼ੱਕ ਪੈਂਦਾ ਜੀ, ਇੱਥੇ ਪੁਲਿਸ ਨਾਲ ਜਾਂਦੀ ਹੈ ਚੱਕਣ ਵਾਸਤੇ। ਮੈਂ ਕਿਹਾ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆਇਆ, ਮੈਨੂੰ ਲਓ ਉਹਨੂੰ ਸਬਮਿਟ ਕਰੋ ਜੋ ਵੀ ਕਹਿੰਦਾ, ਮੇਰੇ ਮੇਰੇ ਸ਼ੱਕ 'ਤੇ ਕੱਢੋ, ਮੈਨੂੰ ਖੁਦ ਸ਼ੱਕ ਹੈ। ਮੈਂ ਕਹਿੰਦਾ ਵੀ ਖੁਦ ਸ਼ੱਕ ਹੈ, ਪਰ ਮੇਰੀ ਕੋਈ ਗੱਲ ਸਾਹਮਣੇ ਆਉਂਦੀ ਨਹੀਂ, ਤੁਹਾਨੂੰ ਉੱਥੇ ਲੈ ਜਾਣਾ, ਉੱਥੇ ਲੈ ਜਾਣੇ, ਮੈਂ ਕਮਾਲ ਹੋ ਗਈ ਹੈ, ਮੈਂ ਤੁਹਾਨੂੰ ਕਹਿੰਦਾ ਮੇਰਾ ਲੈਬ ਟੈਸਟ ਕਰੋ। ਇਸ ਕਰਕੇ ਮੇਰੀ ਆਪਣੇ ਸਾਰੇ ਦਰਸ਼ਕਾਂ ਨੂੰ, ਜਿਹੜੇ ਸਮਾਜ ਸੇਵਕ ਬੰਦੇ ਨੇ,